ਹਾਂਜੀ ਗੁਰੂ ਪਿਆਰੋ, ਇਹ ਆਪਣੀਆਂ ਫੌਜਾਂ ਜਿਹੜੀਆਂ ਇਕੱਠੀਆਂ ਹੋਈਆਂ ਨੇ, ਜਿਹੜਾ ਸੁਲਤਾਨਪੁਰ ਲੋਧੀ ਅਕਾਲ ਪੁਰਖ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਦਿਨ ਪਹਿਲਾਂ ਜਿਹੜੀ ਗੋਲੀਬਾਰੀ ਹੋਈ ਆ, ਇਹਦੇ ਵਿੱਚ ਕਾਫੀ ਲੋਕਾਂ ਨੇ ਇੱਕ ਆਪਣੀਆਂ ਰੇਲਾਂ ਬਣਾਉਣ ਦਾ ਵੀ ਕੰਮ ਕੀਤਾ ਹੈ ਨਾਲ। ਜਿਹੜਾ ਮਕਸਦ ਸੀ ਆ ਉਹ ਸਰਕਾਰਾਂ ਦਾ ਜਾਂ ਨਿਹੰਗ ਸਿੰਘਾਂ ਦਾ, ਉਹਦਾ ਆਪਸ ਵਿੱਚ ਹੋਇਆ, ਪਰ ਜਿਹੜੇ ਲੋਕ ਵਿੱਚ ਰੋਟੀਆਂ ਸੇਕਣ ਲੱਗੇ ਹੋਏ ਆ, ਇਹਨਾਂ ਨੂੰ ਇੱਕ ਸੁਨੇਹਾ ਲਾਉਣਾ ਚਾਹੁੰਦਾ, ਇਹ ਆਪਣੀਆਂ ਰੋਟੀਆਂ ਨਾ ਸੇਕਣ, ਕਿਉਂਕਿ ਸਾਡਾ ਗੁਰੂ ਘਰ ਦਾ ਮਸਲਾ ਆ, ਸਾਡਾ ਪੁਰਾਤਨ ਗੁਰੂ ਘਰ ਆ, ਜਿਹੜਾ ਵੀ ਬੁੱਢੇ ਦਲ ਦੀ ਸੋਹਣੀ ਆ, ਇਹ ਸਾਡੀ ਆਪਣੀ ਸੀਗੀ, ਇਹ ਸਾਡੀ ਆਪਣੀ ਲੜਾਈ ਆ, ਅਸੀਂ ਆਪਣੀ ਲੜਾਈ ਖੁਦ ਲੜ ਰਹੇ ਹਾਂ, ਅਤੇ ਇਹ ਵਿੱਚ ਦੂਜਿਆਂ ਦਾ ਬੰਦਾ ਕੋਈ ਕੰਮ ਨਹੀਂ ਹੈਗਾ, ਕਿਉਂ ਸਰਕਾਰ ਨੇ ਗੋਲੀ ਚਲਾਈ ਜਾਂ ਪੁਲਿਸ ਪ੍ਰਸ਼ਾਸਨ ਨੇ ਗੋਲੀ ਚਲਾਈ ਜਾਂ ਸਰਕਾਰ ਨੇ ਚਲਵਾਈ ਜਾਂ ਮੌਕੇ ਦੇ ਮੌਜੂਦੇ ਅਫਸਰਾਂ ਨੇ ਚਲਵਾਈ, ਉਹ ਹੁਣ ਮੌਕੇ ਦੀ ਜਿਹੜੀ ਆ ਤਸਦੀਕ ਕੀਤੀ ਜਾ ਰਹੀ ਹੈ ਜਾਂ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਉਹ ਕੋਰਟ ਕਰੇ ਜਾਂ ਕੋਈ ਕਰੇ, ਪਰ ਜਿਹੜੇ ਆਮ ਲੋਕ ਜਿਹੜੇ ਵਿੱਚ ਉਂਗਲਾਂ ਦਖਲਅੰਦਾਜ਼ੀ ਦੇ ਰਹੇ, ਜਿਵੇਂ ਅਰਵਨੀਤ ਬਿੱਟੂ ਕਹਿ ਰਿਹਾ ਕਿ ਤੁਹਾਡਾ ਵਿੱਚ ਕੋਈ ਕੰਮ ਨਹੀਂ, ਕਿਉਂ ਸਾਡਾ ਹੋਰ ਕੀ ਕੰਮ ਆ, ਗੁਰੂ ਘਰਾਂ ਵਾਸਤੇ ਅਸੀਂ ਬੈਠੇ, ਸਾਡਾ ਗੁਰੂ ਘਰਾਂ 'ਚ ਹੱਕ ਹੈ, ਤੇਰਾ ਕੰਮ ਨਹੀਂ ਹੈਗਾ ਇਹਦੇ ਵਿੱਚ, ਤੇਰਾ ਕੰਮ ਜਿੱਤੇਗਾ ਉੱਤੇ ਦਖਲਅੰਦਾਜ਼ੀ ਜੀ ਆਪਣੀ ਰਾਜਨੀਤੀ ਦੇ ਤੌਰ 'ਤੇ ਕਰ, ਪਰ ਗੁਰੂ ਘਰਾਂ ਵਿੱਚ ਜੇ ਕਹੇਗਾ ਨਿਹੰਗ ਸਿੰਘਾਂ ਦਾ ਕੀ ਕੰਮ ਹੈ, ਮੈਂ ਉਹਨੂੰ ਮੈਂ ਕਹਿਣਾ ਚਾਹੁੰਦਾ, ਇਹ ਤੂੰ ਆਪਣੀ ਔਕਾਤ 'ਚ ਰਹਿ, ਜਿੱਥੇ ਤੈਨੂੰ ਔਕਾਤ ਦਿੱਤੀ ਆ, ਤੈਨੂੰ ਕੁਰਸੀ ਮਿਲੀ ਨਾ, ਉਸ ਕੁਰਸੀ 'ਤੇ ਬੈਠ, ਤੈਨੂੰ ਦਿੱਤੇ ਬਹਿਣ ਦਾ ਹੱਕ ਹੈ, ਅਸੀਂ ਉੱਥੇ ਆਪਣੇ ਗੁਰੂ ਘਰਾਂ ਵਾਸਤੇ ਜਾਂ ਨਿਹੰਗ ਸਿੰਘਾਂ ਬਾਰੇ ਇੱਕ ਵੀ ਸ਼ਬਦ ਤੇਰੇ ਮੂੰਹ ਨਹੀਂ ਕਢਾਉਣਾ ਚਾਹੁੰਦੇ। ਦੂਜੀ ਗੱਲ ਇਹ ਆ, ਅਸੀਂ ਬੰਦਿਆਂ ਦੇ ਕੇ ਸਮਝਾਉਣਾ ਚਾਹੁੰਦੇ ਹਾਂ, ਜੇ ਸਮਝ ਜਾਵੇ ਠੀਕ ਆ, ਨਹੀਂ ਤਾਂ ਸਾਨੂੰ ਫਿਰ ਸਮਝਾਉਣਾ ਵੀ ਆਉਂਦਾ। ਬਾਬਾ ਜੀ ਸ਼ਿਵ ਸੈਨਾ ਵਾਲੇ ਕਹਿੰਦੇ ਤੇ ਗੋਲਕਾਂ ਦੇ ਪਿੱਛੇ ਨਿਹੰਗ ਸਿੰਘ ਲੜੀ ਜਾਂਦੇ ਆ। ਸ਼ਿਵ ਸੈਨਾ ਵਾਲੇ ਦੇ ਕੁੱਤੇ ਆ, ਉਹਨਾਂ ਦੇ ਤਾਂ ਆਪਣੇ ਮੰਦਰਾਂ ਦੀ ਹਿਫਾਜ਼ਤ ਨਹੀਂ ਹੁੰਦੀ, ਆਪਣੇ ਮੰਦਰਾਂ 'ਚ ਲੱਗੀਆਂ ਤਸਵੀਰਾਂ ਦੇ ਕਦੀ ਜਾਲੇ ਲਾਏ ਆ, ਕਦੀ ਉਹਨਾਂ ਨੇ ਆਪਣੇ ਮੰਦਰਾਂ 'ਚ ਜਾ ਕੇ ਕਦੇ ਪ੍ਰਸ਼ਾਦ ਰੱਖਿਆ, ਮੰਦਰਾਂ ਵੀ ਕਦੀ ਪੂਜਾ ਕੀਤੀ ਉਹਨੇ ਜਾ ਕੇ, ਘਸਿਆਂ ਸਿਰਾਂ ਵਾਲੇ ਕਦੀ ਆਪਣੇ ਸਿਰ 'ਤੇ ਉਹਨੇ ਵਾਲ ਰੱਖੇ, ਆਪਣੇ ਦੇਵੀਆਂ ਦੇਵਤਿਆਂ ਦਾ ਜਿਹੜਾ ਆਪਣੇ ਉਹਨਾਂ ਦੇ ਦੇਵੀ ਦੇਵਤੇ ਆ, ਉਹਨੇ 33 ਕਰੋੜ ਦੇਵੀ ਦੇਵਤਿਆਂ ਦੇ ਨਾਂ ਦੱਸ ਦੇਣ, ਉਹਨਾਂ ਸਿਰ 'ਤੇ ਕੇਸ ਹੈਗੇ ਆ, 33 ਕਰੋੜ ਦੇਵੀ ਦੇਵਤਿਆਂ ਦੇ ਕਿਸੇ ਦਾ ਕੇਸ ਕਤਲ ਹੋਇਆ, ਕੀ ਗੱਲ, ਭੋਲੇ ਸਿੰਘਾਂ ਨੂੰ ਕੀ ਡਰ ਸੀਗਾ, ਉਹ ਵੀ ਤਾਂ ਰਸੂਲ ਲੈ ਕੇ ਚੱਲਦਾ ਸੀ, 33 ਕਰੋੜ ਦੇਵੀ ਦੇਵਤੇ ਹਰ ਇੱਕ ਦੇ ਹੱਥ ਵਿੱਚ ਔਜ਼ਾਰ ਆ, ਅਤੇ ਸਾਡੇ ਗੁਰੂਆਂ ਨੇ ਵੀ ਸਾਨੂੰ ਸ਼ਸਤਰ ਬਖਸ਼ੇ ਹੋਏ ਆ, ਜੇ ਸ਼ਸਤਰ ਹੈਗੇ ਤਾਂ ਜਿਹੜੇ ਫੌਜੀ ਆ ਅਕਾਲ ਪੁਰਖ ਦੀ ਫੌਜ ਹੈ, ਸਾਡੇ ਕੋਲ ਸ਼ਸਤਰ ਨਹੀਂ ਤਾਂ ਅਸੀਂ ਕੀ ਕਰਨਾ, ਗੋਲਡਨ ਨਾ ਕਰਨਾ। ਉਹ ਇਹ ਵੀ ਕਹਿੰਦੇ ਕਿ ਉਹ ਜਿਨ੍ਹਾਂ ਦੇ ਪਰਚੇ ਹੋਏ ਪਏ ਆ ਉਹ ਹੁਣ ਗੁਰੂ ਘਰਾਂ ਦੀ ਜਿਹੜੀ ਰਾਖੀ ਕਰਨਗੇ, ਨਿਹੰਗਾਂ ਦੇ ਪਰਚੇ ਹੋਏ ਪਏ ਉਹ ਰਾਖੀਆਂ ਕਰਦੇ ਪਏ ਉੱਥੇ, ਅਤੇ ਜਿਹੜੇ ਪਰਚੇ ਹੋਏ ਆ ਅਤੇ ਪਰਚਿਆਂ ਨੂੰ ਡਰਦੇ ਮਾਰੇ ਅਸੀਂ ਘਰ ਬਹਿ ਜਾਈਏ, ਅਸੀਂ ਰਾਖੀਆਂ ਕਰਦੇ, ਰਾਖੀਆਂ ਲਈ ਪਰਚੇ ਹੁੰਦੇ ਆ, ਜੇ ਅਸੀਂ ਸੱਚ ਔਰ ਹੱਕ ਲਈ ਲੜਦੇ ਹਾਂ ਨਾ, ਅਤੇ ਅਸੀਂ ਪਰਚੇ ਹੋਏ ਫਿਰ ਕੀ ਆ, ਜੇ ਤੁਹਾਡੀਆਂ ਲੱਤਾਂ ਬਾਹਰ ਚੱਲਦੀਆਂ ਆ ਜਾਓ ਤੁਸੀਂ ਬੈਠ ਕੇ ਗੱਲ ਕਰ ਲਓ ਸਾਡੇ ਨਾਲ, ਅਸੀਂ ਤਿਆਰ ਹਾਂ, ਪਰਚਿਆਂ ਪਿੱਛੇ ਨਹੀਂ ਅਸੀਂ ਡਰਦੇ, ਅਸੀਂ ਗੁਰੂ ਘਰ ਅਸੀਂ ਮੰਦਰਾਂ ਦੀ ਵੀ ਰਾਖੀ ਕਰਦੇ ਹਾਂ, ਹਾਲੀ ਪਰਸੋਂ ਦਰਸੋਂ ਅਸੀਂ ਇੱਕ ਹਿੰਦੂ ਪਰਿਵਾਰ ਦੀ ਕੁੜੀ ਆਜ਼ਾਦ ਕਰਾਈ ਆ, ਜਿਹੜੀ 7 ਸਾਲ ਤੋਂ ਹਿੰਦੂ ਪ੍ਰਵਾਸੀਆਂ ਨੇ ਕੈਦ ਕੀਤੀ ਹੋਈ ਸੀ, ਉਦੋਂ ਕਿਤੇ ਜੇ ਤੁਹਾਡੇ ਗੁਰੂ ਘਰ ਮੰਦਰਾਂ ਵਿੱਚ ਜੋ ਹਾਲਾਤ ਹੁੰਦੇ ਆ ਅਸੀਂ ਜਾਂਦੇ ਹਾਂ, ਤੁਹਾਡੇ ਪਰਿਵਾਰਾਂ ਨੂੰ ਧੱਕਾ ਹੁੰਦਾ ਅਸੀਂ ਜਾਂਦੇ ਹਾਂ, ਸਾਡੇ ਕੋਲ ਹਾਲੇ ਵੀ 12 ਚਿੱਠੀਆਂ ਦੀਆਂ ਪਿੰਡ 'ਚ ਪਈਆਂ ਹੋਈਆਂ ਨੇ ਜਿਹੜੀਆਂ ਸਾਡੇ ਕੋਲ ਆਈਆਂ ਨੇ, ਸਾਡਾ ਗੱਲ ਕਰਨ ਬਹਿ ਕੇ ਗੱਲ ਕਰਨ, ਇਹਨਾਂ ਦਾ ਸਾਡੇ ਗੁਰੂ ਘਰਾਂ ਦੇ ਵਿੱਚ ਦਖਲਅੰਦਾਜ਼ੀ ਦੇਣ ਦਾ ਹੱਕ ਹੀ ਨਹੀਂ ਹੈ, ਸਾਡੇ ਗੁਰੂ ਘਰਾਂ ਜਿਹੜਾ ਰੌਲਾ ਵਾ ਸਾਨੂੰ ਪਤਾ ਕੀ ਰੌਲਾ ਆ, ਸਾਡਾ ਪੁਰਾਣਾ ਰੌਲਾ ਆ, ਉਹ ਗੁਰੂ ਘਰ ਦੇ ਵਿੱਚ ਕਿਹਦਾ ਹੱਕ ਹੈ, ਉਹ ਸਾਨੂੰ ਪਤਾ ਕਿਹਦਾ ਹੱਕ ਹੈ, ਜਾਂ ਫਿਰ ਅਦਾਲਤ ਦੱਸੋ ਵੀ ਕਿਹਦੇ ਹੱਕ 'ਚ ਆਉਂਦਾ ਵਾ, ਫਿਰ ਜਿਹੜੇ ਰੋਟੀਆਂ ਸਿੱਕਣ ਵਾਲੇ ਜਿਹੜੇ ਆਪ ਤੁਰੇ ਫਿਰਦੇ ਸਿਵ ਸੈਨੀਏ ਕੱਲ੍ਹ ਦੇ ਸਲਾਰੂ ਆ, ਸਾਨੂੰ ਇਹ ਨਾ ਦੱਸਣ, ਅਤੇ ਦੂਜਾ ਬਿੱਟੂ ਜਿਹੜਾ ਆ ਇਹ ਵੀ ਸਾਨੂੰ ਨਾ ਕਹੇ ਇਹਨਾਂ ਦਾ ਮਤਲਬ ਨਹੀਂ ਆ, ਅਸੀਂ ਤੈਨੂੰ ਕਹਿੰਦੇ ਤੇਰਾ ਮਤਲਬ ਨਹੀਂ ਹੈਗਾ, ਗੁਰੂ ਘਰ ਤੂੰ ਕੌਣ ਆ ਨਾ, ਸਾਡੇ ਗੁਰੂ ਘਰ ਗੱਲ ਕਰਨ ਵਾਲਾ, ਤੈਨੂੰ ਕਿਹਨੇ ਗਿਆ ਬੋਲਣ ਵਾਸਤੇ, ਅਸੀਂ ਤੈਨੂੰ ਨਹੀਂ ਬੋਲਣ ਦੇਣਾ, ਸਾਡੇ ਗੁਰੂ ਘਰਾਂ ਦਾ ਮਸਲਾ ਸਾਡੇ ਨਾਲ ਬਹਿ ਕੇ ਗੱਲ ਕਰੋ, ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਅਸੀਂ ਤੁਹਾਨੂੰ ਪੂਰੀ ਕਹਾਣੀ ਦੱਸਾਂਗੇ ਇਹ ਗੁਰੂ ਘਰ ਦੀ ਲੜਾਈ ਕਿਸ ਵਿਸ਼ੇ 'ਤੇ ਆ। ਜੀ ਤੁਸੀਂ ਕਹਿ ਰਹੇ ਹੋ, ਦੇਖੋ ਜੀ ਜੋ ਵੀ ਉੱਥੇ ਕੁਛ ਹੋਇਆ ਹੈ ਸੁਲਤਾਨਪੁਰ ਲੋਧੀ ਅਕਾਲ ਪੁਰਖ ਗੁਰਦੁਆਰਾ ਸਾਹਿਬ ਦੇ ਵਿੱਚ, ਸਾਰੀ ਦੁਨੀਆ ਉਸ ਤੋਂ ਜਾਣੂ ਹੈ ਕਿ ਉਹ ਮਸਲਾ ਜਿਹੜਾ ਸੀ ਅਸਲ ਦੇ ਵਿੱਚ, ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਨਾ ਉਹ ਕਟਾਸ਼ ਕਰਦੇ ਨੇ ਕਿ ਇਸ ਤਰ੍ਹਾਂ ਹੋ ਗਿਆ ਉਸ ਤਰ੍ਹਾਂ ਹੋ ਗਿਆ, ਉੱਥੇ ਐਸਾ ਕੁਛ ਵੀ ਨਹੀਂ ਹੋਇਆ, ਕਿਉਂਕਿ ਉਹ ਸਾਰਾ ਪ੍ਰਬੰਧ ਜਿਹੜਾ ਆ ਨਿਹੰਗ ਸਿੰਘਾਂ ਦੇ ਕੋਲ ਹੀ ਹੈ, ਕਿਉਂਕਿ ਉਹ ਛਾਉਣੀ ਆ ਨਵਾਬ ਕਪੂਰ ਸਿੰਘ ਜੀ ਦੀ, ਬਹੁਤ ਪੁਰਾਤਨ ਜਦੋਂ ਯੁੱਧਾਂ ਜੱਦਾਂ ਦਾ ਸਮਾਂ ਸੀਗਾ ਉਸ ਸਮੇਂ ਤੋਂ ਉਹ ਛਾਉਣੀ ਬਰਕਰਾਰ ਹੈ, ਔਰ ਇਤਿਹਾਸਕ ਗੁਰਦੁਆਰਾ ਇਤਿਹਾਸਕ ਸਥਾਨ ਹੈ, ਔਰ ਇਹ ਬੁੱਢਾ ਦਲ ਦੀ ਛਾਉਣੀ ਹੈ ਜੀ,
तो बुढ़ा दल दे बाबा मान सिंह जी ने तो बुढ़ा दल दे दूजे जथेदार ने जिन्हों का आपसी यह टकरा जिहड़ा सीगा काफ़ी देर तो सीगा भी वह कहिंदे सी असी सेवा संभाल करनी वह कहिंदे असी करनी है। चलो वह तो मसला दो धिरां दा है तो दो धिर जदों कोई आपसी रंजिश रखदियां ने तो वह हुंदा आ कि कोई कतलाम ना हो जाए कोई वध चढ़ लड़ाई ना हो इस करके उन्होंने कानून का साथ लिया। ये पुलिस नूं जे इनवॉल्व कर लिया सीगा तो पुलिस नूं चाहिदा सीगा कि उन्हां दी बह के रजामंदी कराउंदे या उन्हां नाल बह के गलबात करदे पर वह पता नहीं किहड़ी तैश चाहे या पिछों की सपोर्ट मिली कि तड़के अमृत वेले जा के गोली चलाउणी पई उन्हां नूं तो ये गोली दे विच हुण पता नहीं किहदी गोली ना वो मुलाजम वीर जिहड़ा साडा मरिया आ पंजाब दा ही आखिर नौजवान सी सानूं दुख है इस गल दा। पर चलो ये मसला ना ज़्यादा तो विगड़ रहा क्योंकि लोग गल्लां कर रहे हैं उत्थे ते मसला हल भी हो गया उत्थे प्रशासन ने जाके दोनों धिरां की रजामंदी भी करा ली है तो छोनी भी खाली हो गई है तो उत्थे प्रबंध जिहड़ा सी बड़ा सुखाला हो गया बड़ी सोहणे तरीके नाल सारा कुछ चल रहा। पर इत्थे की हो रहा कि जिहड़े आ हुण थोड़े समय तो वीडियो आ रही ने भी शिवसेना वाले बोल रहे ने भी उत्थे जी ऐ सीगा गैंगस्टर रहिंदे सी पता नहीं कौन रहिंदा सी भी गोली चलाउणी पई इत्थे हथियार सीगे ऐसा तो कुछ भी नहीं होया उत्थे ते ए सारियां मन घड़ंत गल्लां ने इन्हां नूं किसे दे गुरद्वारियां दे विच या दोवना बुढ़ा दल दे निहंग सिंघां दे विच की गलबात है उन्हां दे विच इन्हां नूं दखलअंदाजी नहीं चाहीदी। इन्हां नूं अपने बारे सोचना चाहीदा भी असीं अपने धर्म नूं किद्दां वधाउणा है आपां किद्दां प्रफुल्लित होना है किद्दां अगे वधना है बाकी दूसरे वल वेख के कहिंदे लोकी ज़्यादा सड़दे ने उन्हां नूं अपने दुख दा उन्ना ज़्यादा असर नहीं हुंदा जिन्ना दूसरे दे सुख नाल हुंदा है तो इस करके ज़्यादा कश ये जिहड़े लोग ने कर रहे हैं और इन गल्लां दे विच कोई सच्चाई नहीं है। ये बोलण वाले लोग होंदे ने पब्लिसिटी वास्ते बोलते रहिंदे ने असीं इन्हां नूं बहुत माड़ा समझदे हाँ भी ये बहुत ज़्यादा गलत कर रहे हैं जिहड़े लोगों नूं भड़काऊ बयान देंदे ने। जिहड़ी अज दी मीटिंग हैगी है जी ये जिहड़ी मीटिंग अज दी जिहड़ी गोली चली आ जिहड़ी मुलाजमां ने गोली चलाई है की ना जी उधर अपने अकाल बंगा गुरद्वारा साहब सुल्तानपुर लोधी उत्थे गोली चलाई है उत्थे गोली चलाई साडा मुद्दा यह आ भी उत्थे रात नूं 4 बजे सवेरे क्यों गोली चलाई गई है किस वेस ते चलाई गई है उत्थे गां गैस्टर सीगे उत्थे गां कोई बड़े तगड़े बदमाश सीगे जिहड़े सवेरे 4 बजे सरकार नूं नज़र नहीं आया भी उत्थे पाठ पूजा होण डई आ सारा कुछ जुत्तियां सने अंदर वड़ गए आ अथरू गोले छड्डे गए आ साडे फिर उत्थे घोड़े जिहड़े शहीद होए आ घोड़ियां दा की कसूर सीगा विच घोड़ियां ते गोली चलाती इहनां ने घोड़ियां ते गोली मारी हैगी आ इह सरकार नूं नहीं चाहीदा इह सरकार सिंघां नाल धक्का करदी पई आ उत्थे उहनां नूं बिठाउंदे बिठा के उहनां नाल गल्लबात करदे दोने घर बिठा के भी बिठाउंदे भी कोई भज थोड़ी चले यार गुरद्वारा भी उत्थे ही सीगा गुरु घर वह भी बंदे उत्थे ही आ इस टाइम भी बह के मसले हो सकते हल हुंदे आ मसले हुंदे नहीं हुंदे गे बंदे जदों पैंदे विच बहिंदे आ मसले हल हो जांदे आ ते इन्हां ने की कीता मैं तां यार ये चाहुणा पुछणा चाहुणा सरकार नूं भी उसे गोली सरकार तों इलावा किद्दां चल गई उत्थे किद्दां किहड़े हिसाब नाल गोली चलाती इन्हां ने भी जिहड़ा गोली चली है भी किसे ऑर्डर दे सीगे जां किसे सरकार दे ऑर्डर सीगे जां अपने जिहड़ा अपने की कहिंदे हुंदे भगवंत मान दा ऑर्डर सीगा तो जां फिर मोदी जी दा ऑर्डर सीगा तो जां फिर जिहड़ा बिट्टू अपना पंजाब वाला उहदा ऑर्डर सीगा भी इन्हें बगैर ऑर्डर तो गोली चल सकती है पहले मैंने दसो तो जां मानयोग जज साहब ने ऑर्डर दिते हुण तां गोली चलदी हैगी है ये 4 बंदियां दे ऑर्डर सीगे जिहड़े उत्थे जाके सिद्धे जुत्तियां समेत वड़ गए आ जुत्तियां समेत उत्थे जाके गोलियां चलातियां हैगियां ने यह है तो गलती सरकार की आ तो जे हुण उहनां दा बंदा मर गया हुण कह रहे भी साडा पुलिस वाला मुलाजम बन गया तो पुछण वाला होवे मुलाजम मरिया तो मरिया किदा उत्थे असला ही है नहीं सीगा पहली गल तां रवनीत बिट्टू ने भी एक बयान दिता सीगा जिहदे विच उहने निंगा नूं कहा सीगा भी इह अपने आप च रहण ते ज़्यादा आपे तो बाहर ना होण क्योंकि गुरुद्वारे का मामला गुरुद्वारा इन्हां कल्यां दा नहींगा वह तो मानते हैं जी बिट्टू मैं सामने ये भी कहना चाहते हैं बिट्टू साहब अं मानते हैं गुरु घर साहब का साझा हों हर एक का है गुरु घर हर सारा समझा है भी तेनों भी यही कहना चाहना तेरे एक तो दाढ़ी कट्टी हुई है ठीक है ना तू साडे पंजाब का मुखी MP है MP तेनों भी चाहिए ते तेनों ये भी पता होना चाहिए भी बगैर ऑर्डर तो गोली नहीं चल सकती गी बगैर ऑर्डर तो कोई पुलिस वाला कोई किसी चक नहीं सकता सही महीने के कानून के दायरे च रहना हो बिट्टू ने यह गल कहना चाहना तू तो यार पहले दाढ़ी दूढ़ी मनाई फिरदा है तेनों सिखा बारे की पता है तू मही मानते हैं तू साडा MLA ही तेरी इज्जत बहुत करते हैं इज्जत मान करते हैं पर गलत ना कह भी गुरुद्वारे गुरुद्वारे अही नहीं रखा राखी तो होर रखू कौन शिवसेना वाले भी ना निंगा बारे कुछ कह रहे थे खच है नेरे बई जी वो तो नेरे खच है
ਉਹਨਾਂ ਨੂੰ ਕੀ ਪਤਾ, ਉਹਨਾਂ ਦੇ ਸਿਰ 'ਤੇ ਤਾਂ ਗੰਜੇ ਹੈਗੇ, ਸਿਰ 'ਤੇ ਵਾਲ ਨਹੀਂ ਹੈਗੇ, ਗੱਲਾਂ ਕਰਦੇ ਸਿੱਖੀ ਦੀਆਂ ਉਹ। ਉਹਨਾਂ ਨੂੰ ਪੁੱਛਣ ਵਾਲਾ ਵੀ ਸਾਰਾ ਤੁਹਾਡੇ ਸਿਰ 'ਤੇ ਵਾਲ ਹੈਗੇ ਆ, ਗੰਜੇ ਤੁਸੀਂ ਹੈਗੇ ਆ, ਅਤੇ ਗੱਲਾਂ ਤੁਸੀਂ ਕਰਦੇ ਆ ਗੁਰੂ ਸਿੱਖ ਵਾਲੀਆਂ, ਤਾਂ ਤੁਹਾਡੇ ਕੋਲ ਮੰਦਰ ਤਾਂ ਆਪਣੇ ਸੰਭਾਲੇ ਨਹੀਂ ਜਾਂਦੇ ਗੇ। ਆ ਪਿੱਛੇ ਜੇ ਬਾਬਾ ਜੀ ਗਏ ਸੀਗੇ ਡੁਗਰੀ ਰੋਡ ਦੇ ਉੱਤੇ, ਉੱਥੇ ਗੰਦਗੀ ਦੇ ਵਿੱਚ ਫੋਟੋਆਂ ਪਈਆਂ, ਵੀਡੀਓ ਵੀ ਚੱਲੀ ਆ, ਗੰਦਗੀ ਦੇ ਵਿੱਚ ਫੋਟੋਆਂ ਪਈਆਂ ਹੈਗੀਆਂ ਮਾਤਾ ਦੀਆਂ, ਸ਼ਿਵਜੀ ਮਹਾਰਾਜ ਦੇ, ਸ਼ਿਵਜੀ ਮਹਾਰਾਜ ਕਿੱਡਾ ਵੱਡਾ ਉਹਦਾ ਮਹਾਰਾਜ ਦਾ, ਸ਼ਿਵਜੀ ਮਹਾਰਾਜ ਦਾ, ਅਤੇ ਉਹਨਾਂ ਨੇ ਉੱਥੇ ਜਾ ਕੇ ਫੋਟੋਆਂ ਨਹੀਂ ਚੁੱਕੀਆਂ ਗਈਆਂ, ਉਹਨਾਂ ਦਾ ਤਾਂ ਦੇਖਦੇ ਨਹੀਂ ਪਏ ਗਏ ਉਹ, ਅਤੇ ਉਹ ਸਿੱਖਾਂ ਬਾਰੇ ਬੋਲੀ ਜਾਂਦੇ। ਆਪਣੇ ਪਹਿਲਾਂ ਪੀੜ੍ਹੀ ਥੱਲੇ ਸੋਟੀ ਮਾਰੋ ਵੀ ਸਾਡੀ ਪੀੜ੍ਹੀ ਕਿੰਨੀ ਗੰਦੀ ਆ।